ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਅਜੇਪਾਲ ਸਿੰਘ ਬਰਾੜ ਫਰੀਦਕੋਟ ਰਹਿ ਰਿਹਾ। ਓਰੀਜਨਲ ਮੈਂ ਕੈਨੇਡਾ ਬਰੈਂਪਟਨ ਸੈਟਲਡ ਹਾਂ ਅਤੇ ਉੱਥੇ ਅਸੀਂ ਡਾਕਟਰ ਅਮਰਜੀਤ ਸਿੰਘ ਚੀਮਾ ਡੈਂਟਲ ਇੰਪਲਾਂਟਸ ਜੋ ਜਲੰਧਰ ਮਾਲ ਟਾਊਨ 213 ਰਹਿੰਦੇ ਨੇ ਉਹਨਾਂ ਬਾਰੇ ਬਹੁਤ ਸੁਣਿਆ ਅਤੇ ਸਾਡੀ ਵੀ ਇੱਛਾ ਹੋਈ ਕਿ ਸਾਡੇ ਜੋ ਡੈਂਟਲ ਦਾ ਕੰਮ ਅਸੀਂ ਉੱਥੋਂ ਵਿਆਹ ਕਰਵਾਈਏ ਜਦੋਂ ਸਾਨੂੰ ਹੋਵੇ। ਅਤੇ ਹੁਣ ਸਾਨੂੰ 2 ਸਾਲ ਤੋਂ ਥੋੜ੍ਹੀ ਪ੍ਰੋਬਲਮ ਸੀ, ਮੈਂ ਅਤੇ ਮੇਰੀ ਵਾਈਫ ਜਿਹਨਾਂ ਦਾ ਪੂਰਾ ਡੈਂਚਰ ਲੱਗਣਾ ਸੀ ਅਸੀਂ, ਅਤੇ ਮੇਰਾ ਜੋ ਦਾਂਤ ਮੇਰੀ ਖਰਾਬ ਹੋ ਗਈ ਸੀ ਵਿਜ਼ਡਮ ਟੀਥ ਨਾਲ। ਅਸੀਂ ਇੱਥੇ ਆਏ, ਡਾਕਟਰ ਸਾਹਿਬ ਨੂੰ ਮਿਲੇ, ਸਾਨੂੰ ਪਹਿਲਾਂ ਬਹੁਤ ਡਰ ਲੱਗਿਆ ਕਿ ਇਹ ਕਰਵਾਉਣਾ ਕਿਸ ਤਰ੍ਹਾਂ ਹੋਊਗਾ, ਕੀ ਪ੍ਰੋਸੈਸ ਆ। ਜਦੋਂ ਅਸੀਂ ਡਾਕਟਰ ਸਾਹਿਬ ਕੋਲ ਆਏ ਤਾਂ ਡਾਕਟਰ ਸਾਹਿਬ ਨੇ ਸਾਨੂੰ ਇੰਨਾ ਵਧੀਆ ਟ੍ਰੀਟ ਕੀਤਾ, ਇੰਨਾ ਫਰੈਂਡਲੀ ਔਰ ਇੰਨਾ ਹੋਮਲੀ ਕਿ ਸਾਨੂੰ ਪਹਿਲਾਂ ਇਹ ਨਾ ਪਤਾ ਲੱਗਿਆ ਕਿ ਅਸੀਂ ਹੁਣ ਅਸੀਂ ਕੈਨੇਡਾ ਇੰਨਾ ਕੋਈ ਕਰਾ ਰਹੇ ਹਾਂ ਟ੍ਰੀਟਮੈਂਟ ਜਾਂ ਅਸੀਂ ਇੰਨਾ ਕੋਈ ਜਲੰਧਰ ਆ ਕੇ ਕਰਵਾ ਰਹੇ ਹਾਂ। ਅਤੇ ਜਦੋਂ ਇਹਨਾਂ ਨੇ ਕੀਤਾ ਅਤੇ ਮੇਰਾ ਵੀ ਜਦੋਂ ਹੋਇਆ ਤਾਂ ਆਈ ਫੀਲ ਨੋ ਪੇਨ ਐਟ ਆਲ, ਔਰ ਮੈਂ ਬੜਾ ਹੈਰਾਨ ਹੋ ਗਿਆ ਕਿ ਇਹ ਕਿਸ ਤਰ੍ਹਾਂ ਹੋ ਗਿਆ। ਉਸ ਤੋਂ ਬਾਅਦ ਵਾਈਫ ਦਾ ਹੋਇਆ, ਵਾਈਫ ਦੇ ਵੀ ਜਦੋਂ ਕਰਨ ਤੋਂ ਬਾਅਦ ਬਿਲਕੁਲ ਜੋ ਫੇਸ ਦੀ ਗੈਟਅਪ ਬਿਲਕੁਲ ਨਵੇਂ ਤਰ੍ਹਾਂ ਆ ਗਈ, ਜਿਸ ਤਰ੍ਹਾਂ ਕਿ ਉਹਨਾਂ ਦੀ ਲਾਈਫ ਵੱਧ ਗਈ, ਅੱਜ ਤੋਂ 10 ਸਾਲ ਜਗਤ ਦਿਸਣੇ ਸ਼ੁਰੂ ਹੋ ਗਏ। ਅਤੇ ਇਹ ਜੋ ਵੀ ਸਭ ਕੁਛ ਆ ਡਾਕਟਰ ਅਮਰਜੀਤ ਸਿੰਘ ਚੀਮਾ ਇੰਨਾ ਵਧੀਆ, ਆਈ ਥਿੰਕ ਕਿ ਮੈਂ ਹੋਰ ਨਹੀਂ ਕਿਸੇ ਨਾ ਮੈਂ ਕਹਿ ਸਕਦਾ, ਇਹਨਾਂ ਮੈਂ ਬੈਸਟ ਵਿਸ਼ਿਜ਼ ਇਹਨਾਂ ਨੂੰ ਦੇ ਸਕਦਾ। ਓਕੇ, ਥੈਂਕ ਯੂ। ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਨਵਦੀਪ ਬਰਾੜ ਫਰੀਦਕੋਟ ਤੋਂ ਆਏ ਡਾਕਟਰ ਚੀਮਾ ਜੀ ਹੋਣਾ ਕੋਲ। ਮੈਨੂੰ ਦੰਦਾਂ ਦੀ ਕਾਫੀ ਪ੍ਰੋਬਲਮ ਰਹੀ ਸ਼ੁਰੂ ਤੋਂ ਹੀ, ਪਰ ਹੁਣ ਲੇਟਰ ਔਨ ਜ਼ਿਆਦਾ ਹੋ ਰਹੀ ਸੀ ਪ੍ਰੋਬਲਮ, ਜਿਹਦੇ ਕਰਕੇ ਫਿਰ ਮੈਨੂੰ ਡਾਕਟਰ ਚੀਮਾ ਜੀ ਬਾਰੇ ਪਤਾ ਲੱਗਿਆ। ਫਿਰ ਮੈਂ ਆਪਣਾ ਇੰਪਲਾਂਟਸ ਕਰਾਇਆ, ਡੈਂਚਰ ਲੱਗਿਆ ਹੋਇਆ ਮੇਰੇ ਅਸਲ 'ਚ, ਉਹਦੇ ਨਾਲ ਕਿ ਬੋਨਸ ਕਾਫੀ ਵੀਕ ਹੋ ਗਈਆਂ ਸੀ। ਫਿਰ ਲੇਟਰ ਡਾਕਟਰ ਚੀਮਾ ਨਾਲ ਜਦੋਂ ਗੱਲ ਕੀਤੀ, ਉਹ ਕਹਿੰਦੇ ਕਿ ਹੁਣ ਤਾਂ ਠੀਕ ਆ, ਲੇਟਰ ਔਨ ਲਾਈਫ ਦੇ ਵਿੱਚ ਤੁਹਾਨੂੰ ਡੈਂਚਰ ਲਾਉਣ 'ਚ ਵੀ ਪ੍ਰੋਬਲਮ ਆ ਜਾਏਗੀ, ਇਸ ਲਈ ਤੁਸੀਂ ਇੰਪਲਾਂਟਸ ਦੀ ਇਹੀ ਬੈਸਟ ਸਲਿਊਸ਼ਨ ਆ। ਫਿਰ ਅਸੀਂ ਜਦੋਂ ਇਹਨਾਂ ਨਾਲ ਸਾਰਾ ਡਿਸਕਸ ਕੀਤਾ ਤਾਂ ਉਹਨਾਂ ਨੇ ਫਿਰ ਮੇਰੇ 2 ਅਪਰ ਅਤੇ 2 ਲੋਅਰ ਜੋ ਦੇ ਵਿੱਚ ਡੈਂਚਰ ਇੰਪਲਾਂਟ ਕਰਕੇ ਡੈਂਚਰਸ ਫਿਟ ਕੀਤੇ ਆ, ਜਿਹਦੇ ਨਾਲ ਮੈਨੂੰ ਕਾਫੀ ਪ੍ਰੋਬਲਮਸ ਮੇਰੀਆਂ ਸੋਲਵ ਹੋ ਗਈਆਂ, ਔਰ ਮੈਨੂੰ ਲੱਗ ਰਿਹਾ ਕਿ ਮੈਂ ਅੱਗੇ ਨਾਲੋਂ ਮੇਰੀ ਫੇਸ ਲੁੱਕਅਪ ਵੀ ਅੱਛੀ ਹੋ ਗਈ ਆ। ਔਰ ਮੈਂ ਤਾਂ ਸਾਰੇ ਸਟਾਫ ਨੂੰ ਔਰ ਡਾਕਟਰ ਚੀਮਾ ਨੂੰ ਬੈਸਟ ਵਿਸ਼ਿਜ਼ ਦਿੰਦੀ ਹਾਂ। ਮੈਂ ਵੀ ਇਸ ਜੋ ਮੇਰੇ ਨਾਲ ਅਤੇ ਮੇਰੀ ਵਾਈਫ ਦਾ ਜੋ ਟ੍ਰੀਟਮੈਂਟ ਹੋਇਆ ਉਸਦਾ ਸਾਰੇ ਸਟਾਫ ਔਰ ਡਾਕਟਰ ਸਾਹਿਬ ਨੂੰ, ਔਰ ਇਹਨਾਂ ਦਾ ਸਟਾਫ ਇੰਨਾ ਕੋਆਪਰੇਟਿਵ, ਆਈ ਹੈਵ ਨੈਵਰ ਸੀਨ ਸੱਚ ਏ ਸਟਾਫ ਬਿਫੋਰ ਲਾਈਕ ਦੈਟ। ਔਰ ਸਾਰਿਆਂ ਦਾ ਮੈਂ ਬਹੁਤ ਥੈਂਕਸ ਆ ਕਿ ਮੈਨੂੰ ਨਵੀਂ ਮੁਸਕਾਨ ਦਿੱਤੀ ਹੈ, ਜਿਹਦੇ ਨਾਲ ਕਿ ਮੈਨੂੰ ਅੱਗੇ ਨਾਲੋਂ ਕਾਫੀ ਫੀਲ ਹੁੰਦਾ ਸੁਸਾਇਟੀ ਦੇ ਵਿੱਚ ਮੂਵ ਹੋਣਾ, ਜਿਹਦੇ ਨਾਲ ਕਿ ਅੱਗਿਓਂ ਮੈਂ ਕੰਮ ਵੀ ਹਜੇ ਕਰਨਾ ਔਰ ਲਾਈਫ ਦੇ ਵਿੱਚ ਸਾਰੀਆਂ ਪ੍ਰੋਬਲਮਸ ਨੂੰ ਸੋਲਵ ਵੀ ਕਰਨਾ। ਔਰ ਥੈਂਕਸ ਡਾਕਟਰ ਸਾਹਿਬ ਔਰ ਸਾਰੇ ਸਟਾਫ ਮੈਂਬਰਸ ਦਾ, ਪਰਮਾਤਮਾ ਤੁਹਾਨੂੰ ਹੋਰ ਤਰੱਕੀ ਦੇਵੇ। ਥੈਂਕ ਯੂ।